ਅਸਲਾਮ ਵਾਲੇਕਮ ਜਨਾਬ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਦ ਵੀਰਕ, ਤੁਸੀਂ ਵੇਖ ਰਹੇ ਜੀ ਯੂਟਿਊਬ ਚੈਨਲ ਮੇਰਾ ਸਾਹੀਵਾਲ ਟੀਵੀ। ਜਿਵੇਂ ਕਿ ਜਨਾਬ ਮੈਂ ਵੀਰਾਂ ਵਾਸਤੇ ਹਰ ਰੋਜ਼ ਕੋਸ਼ਿਸ਼ ਕਰਦਾ ਅੱਛੇ ਤੇ ਖੂਬਸੂਰਤ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹਾਂ। ਇਸੇ ਤਰ੍ਹਾਂ ਜਨਾਬ ਰੋਜ਼ ਨਿਸਬਤ ਫਿਰ ਜਨਾਬ ਦੋਸਤਾਂ ਵਾਸਤੇ 3 ਜਾਨਵਰਾਂ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਉਮੀਦ ਕਰਾਂਗੇ ਹਰ ਰੋਜ਼ ਤਰ੍ਹਾਂ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਵੀ ਪਸੰਦ ਆਏਗੀ। ਇਸ ਤੋਂ ਪਹਿਲਾਂ ਤੁਹਾਨੂੰ ਜਾਨਵਰ ਦੇ ਕਰੇ ਤਸੱਲੀ, ਸਭ ਤੋਂ ਪਹਿਲਾਂ ਜਨਾਬ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰਨੇ ਕਿ ਅੱਛੇ ਤੋਂ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਜਨਾਬ ਮੇਰੇ ਵੀਰਾਂ ਤੇ ਦੋਸਤਾਂ ਨੂੰ ਮਿਲਦਾ ਰਹੇ। ਅੱਜ ਜਨਾਬ ਅੱਲਾ ਦੇ ਖਾਸ ਹਲਨ ਨਾਲ ਦੋ ਗਾਵਾਂ ਨੇ ਜਨਾਬ, ਇੱਕ ਮੱਝ ਤੇ ਇੱਕ ਗਾਂ ਦੀ ਜਨਾਬ ਲਾਈਵ ਚੋਇਸ ਕਰਾਵਾਂਗੇ। ਜਾਣਾ ਕਿਤੇ ਨਹੀਂ ਹੈ, ਵੀਡੀਓ ਨੂੰ ਸਕਿਪ ਨਹੀਂ ਕਰਨਾ, ਵੀਡੀਓ ਨੂੰ ਪੂਰਾ ਦੇਖਣਾ। ਤੇ ਜਨਾਬ 3 ਸੂਈਆਂ, 2 ਗਾਵਾਂ, 1 ਗਾਂ ਪਿੱਛੇ ਜਨਾਬ ਬੱਚਾ, 1 ਪਿੱਛੇ ਬੱਚੀ, 1 ਮੱਝ ਜਿਹੜੀ ਸੂਈ ਜਨਾਬ ਉਹਦੇ ਵਿੱਚ ਕੱਟਾ ਲਾਈਵ ਚੋਇਸ ਦੇਵਾਂਗੇ। ਕਿਤੇ ਨਹੀਂ ਜਾਣਾ, ਵੀਡੀਓ ਨੂੰ ਪੂਰਾ ਦੇਖਣਾ। ਜਾਨਵਰ ਨੰਬਰ 1, ਸਭ ਤੋਂ ਪਹਿਲਾਂ ਜਨਾਬ ਤੁਸੀਂ ਜਾਨਵਰ ਦੀ ਜਿਹੜੀ ਓਰੀਜਨਲ ਹਾਈਟ ਉਹ ਚੈੱਕ ਕਰਨੀ ਆ ਅੱਲਾ ਦੇ ਖਾਸ ਫਜ਼ਲ ਨਾਲ। ਬੰਦੇ ਤੋਂ ਉੱਚੀ ਹਾਈਟ ਤੇ ਜਨਾਬ ਪ੍ਰਿੰਟ ਲਾਜਵਾਬ, ਪ੍ਰਿੰਟ ਆਊਟ ਕਲਾਸ ਮਾਸ਼ਾਅੱਲਾ। ਤਸੱਲੀਆਂ ਕਰਨੀਆਂ ਇਹਦੀ ਜਨਾਬ ਆਪਾਂ ਲਾਈਵ ਚੋਇਸ ਦੇਵਾਂਗੇ। ਪਿੱਛੇ ਜਨਾਬ ਵੱਛਾ ਜੇ ਬਾਡੀ ਸਟਰਕਚਰ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ ਤਸੱਲੀ ਕਰਾਉਣਾ ਜਨਾਬ ਸਾਡਾ ਕੰਮ ਹੈ ਥੋੜ੍ਹਾ ਦੋ ਦੋ ਇੰਚ ਦਾ ਜਨਾਬ ਸਿਰਫ ਸਿੰਘ ਹੈ ਨਸਲ ਦਾ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ ਤਸੱਲੀਆਂ ਕਰਨੀਆਂ ਜਨਾਬ। ਥਨ ਬੜਾ ਜਨਾਬ ਪਾਵਰ ਵਾਲਾ ਤੇ ਕੁਆਲਿਟੀ ਵਾਲਾ ਲੱਗਾ ਹੋਇਆ, ਭਰਨ ਥੋੜ੍ਹੀ ਫਿਜ਼ੀਕਲੀ ਫਿਟਨੈਸ ਜਨਾਬ ਬੈਠ ਦੀ ਚੈੱਕ ਕਰਨੀ। ਲਓ ਜਨਾਬ ਫਿਜ਼ੀਕਲੀ ਫਿਟਨੈਸ ਵੇਖ ਲੈਣੀ ਬੈਠ ਦੀ ਜਨਾਬ ਮਾਸ਼ਾਅੱਲਾ 16 ਨੇ। ਇਹ ਜਨਾਬ ਹਵਾਨੇ ਦੀ ਵੰਡ ਵੀ ਜਨਾਬ ਵੀਰਾਂ ਦੋਸਤਾਂ ਦੇ ਸਾਹਮਣੇ ਬੱਚੇ ਵੱਲ ਜਾਵੇ ਜੀ। ਇਹ ਜਨਾਬ ਇਹਦੇ ਪਿੱਛੇ ਬੱਚਾ ਜੀ, ਥੋੜ੍ਹੀ ਯਾਰ ਲੰਮਾ ਮਾੜਾ ਜਿਹਾ। ਲਓ ਜਨਾਬ ਚੈੱਕ ਕਰੋ ਫਿਜ਼ੀਕਲੀ ਫਿਟਨੈਸ ਚੈੱਕ ਕਰੋ ਮਾਸ਼ਾਅੱਲਾ ਜਨਾਬ। ਤਸੱਲੀਆਂ ਕਰ ਲੈਣੀਆਂ, ਲਿਆ ਲਿਆ ਲੈ ਚੱਲ ਜਲਦੀ ਜਲਦੀ ਕਰ ਵੀਡੀਓ ਲੰਮੀ ਹੁੰਦੀ। ਲਓ ਜਨਾਬ ਚੈੱਕ ਕਰੋ ਬ੍ਰਾਂਡ, ਅੱਜ ਰੇਟ ਵੀ ਜਨਾਬ ਇੰਤਹਾਈ ਮਕਬੂਲ ਅਤੇ ਮੁਹੱਬਤ ਵਾਲੇ ਕਰਾਂਗੇ ਆਪਾਂ। ਇਹ ਜਾਨਵਰ ਨੰਬਰ 1 ਜੀ, ਬੰਦ ਇੱਥੇ ਬੰਦ ਬੰਦ। ਜਾਨਵਰ ਨੰਬਰ 2 ਜਨਾਬ ਇਹ ਜੇ ਜਰਸੀ ਅਤੇ ਜਨਾਬ ਫਰੀਜ਼ਨ ਦਾ ਕੰਬੀਨੇਸ਼ਨ, ਹਲਕਾ ਜਨਾਬ ਸਾਹੀਵਾਲ ਦਾ ਕ੍ਰਾਸ। ਥਣ ਜਨਾਬ ਚੈੱਕ ਕਰਨਾ ਰੁਕ ਰੁਕ ਦਾ ਜਨਾਬ ਅਤੇ ਮੁੱਠ ਮੁੱਠ ਦਾ, ਬਾਕੀ ਨਸਲ ਦਾ ਤੁਹਾਡੇ ਸਾਹਮਣੇ। ਫਿਜ਼ੀਕਲੀ ਫਿਟਨੈਸ ਜਨਾਬ ਤੁਹਾਨੂੰ ਚੈੱਕ ਕਰਾਉਣੀ, ਇਹਦੇ ਪਿੱਛੇ ਜਨਾਬ ਅੱਛੀ ਜੀ, ਇਹਨੂੰ ਖੋਲੀ ਮਾੜਾ ਜਾ, ਖੋਲੀ ਖੋਲੀ ਮਾੜਾ ਜਾ, ਖੋਲੀ ਇਹਨੂੰ ਵੀ। ਸਿਰੋ ਜਨਾਬ ਓਰੀਜਨਲ ਮੋਨੀ ਬਾਡੀ ਸਟਰਕਚਰ ਜਨਾਬ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ ਤਸੱਲੀਆਂ ਕਰਾਉਣਾ ਜਨਾਬ ਸਾਡਾ ਕੰਮ ਹੈ। ਲਾਮ ਬੜੀ ਜਨਾਬ ਵੈਟ ਦੀ, ਫੁੱਲ ਬਰੀਕ ਵੈਟ ਜਨਾਬ। ਚਲੋ ਜੀ ਲਓ ਜਨਾਬ ਫਿਜ਼ੀਕਲੀ ਫਿਟਨੈਸ ਚੈੱਕ ਕਰੋ, 16 ਨੇ ਜਨਾਬ। ਇਹਦੇ ਪਿੱਛੇ ਜਨਾਬ ਅੱਛੀ ਜੇ, ਇਹਦੀ ਆਪਾਂ ਲਾਈਵ ਚੁਆਈ ਨਹੀਂ ਦੇਣੀ, ਇਹਦੀ ਸਿਰਫ ਜਨਾਬ ਜਸਟ ਵੀਡੀਓ ਤੁਹਾਨੂੰ ਵਿਖਾ ਰਹੇ ਹਾਂ ਸਿੰਪਲ, ਬਾਕੀ ਮੱਝ ਤਾਂ ਜਨਾਬ ਗਾਂ ਦੀ ਚੁਆਈ ਵਿਖਾਵਾਂਗੇ। ਬੰਦ ਜਨਾਬ ਇਹ ਇਹਦੇ ਪਿੱਛੇ ਅੱਛੀ ਜੇ, ਜਾਣ ਦਿਓ ਜਰਸੀ ਵਿੱਚ ਜਨਾਬ ਪਿੱਛੇ ਬੱਛੀ, ਜਾਣ ਦੇ ਜਾਣ ਦੇ ਬੰਦ। ਉਸ ਤੋਂ ਬਾਅਦ ਜਨਾਬ ਇਹ ਮੱਝ ਆ ਗਈ, ਤਸੱਲੀਆਂ ਕਰ ਲੈਣੀਆਂ ਬਾਡੀ ਸਟਰਕਚਰ ਨਾਲ, ਮੱਝ ਦਾ ਵੇਖ ਲੈਣਾ, ਸਿੰਘ ਜਨਾਬ ਚੈੱਕ ਕਰ ਲੈਣੇ ਥੋੜ੍ਹਾ ਖੁੱਲ੍ਹੀ ਨਹੀਂ ਮਾਸ਼ਾਅੱਲਾ ਜੀ, ਕਾਗਜ਼ ਤਰ੍ਹਾਂ ਬਰੀਕ ਮਾਸ਼ਾਅੱਲਾ ਚੈੱਕ ਕਰਨੀ ਜਨਾਬ, ਤਸੱਲੀਆਂ ਕਰਨੀਆਂ। ਹਵਾਨਾ ਵੇਖੋ ਜੀ, ਛੱਡੀ ਮਾੜਾ ਜੀ ਇਹਨੂੰ ਛੱਡੀ ਨਾ, ਜੱਟ ਸਾਹਿਬ ਨੀਲੀ ਦੀ ਪਿਓਰ ਪਿਓਰ ਨੀਲੀ ਜੀ ਜਨਾਬ। ਇਹ ਇਹਦੇ ਪਿੱਛੇ ਕੱਟਾ ਜੀ, ਤੋਰ ਜਨਾਬ ਮਾੜਾ ਜੀ ਇਹਨੂੰ। ਲਓ ਜਨਾਬ ਚੈੱਕ ਕਰੋ ਚਾਲ ਡਾਲ ਜਨਾਬ ਚੈੱਕ ਕਰ ਲੈਣੀ, ਪੁੱਠੇ ਖੁੱਡੇ ਜਨਾਬ ਤਸੱਲੀਆਂ ਕਰਨੀਆਂ ਮਾਸ਼ਾਅੱਲਾ। ਲਿਆ ਵਾਪਸ ਲਿਆ,
ਉੱਥੇ ਬੰਨੋ, ਉੱਥੇ 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 ਨਹੀਂ ਚੋਇਸ ਕਰ। ਮੱਝ ਤੇ ਜਨਾਬ ਗਾਂ ਦੀ ਲਾਈਵ ਚੋਇਸ ਦੇਵਾਂਗੇ ਆਪਾਂ। ਲਓ ਬੱਚੇ ਜੀ, ਲਿਆ ਮਸਤ ਫੜਾ ਮੋਬਾਈਲ ਮੈਨੂੰ। ਐਸਾ ਨੂੰ ਕਰ ਲੈ ਵੀ ਚੁਆਈ ਜਨਾਬ ਤੁਹਾਨੂੰ ਚੈੱਕ ਕਰਵਾਉਣੀ ਹੈ, ਬਾਕੀ ਡਿਟੇਲ ਆਪਾਂ ਐਂਡ 'ਤੇ ਮਲਕ ਲਵਾਂਗੇ। ਸਾਡਾ ਕੰਮ ਜਨਾਬ ਕਰਾਉਣਾ, ਤਸੱਲੀਆਂ ਲੈਣੇ ਦੇਣੇ ਜਨਾਬ ਨਸੀਬ ਹੋਣਗੇ। ਠੀਕ ਹੈ, ਲਓ ਜਨਾਬ ਬੈਣੀ ਸਾਈਡ ਦਾ ਅਗਲਾ ਥਣ ਆ ਜਨਾਬ, ਬੈਣੀ ਸਾਈਡ ਦਾ ਅਗਲਾ ਥਣ, ਠੀਕ ਹੈ ਜੀ, ਬੈਣੀ ਸਾਈਡ ਦਾ ਪਿਛਲਾ ਥਣ ਇਹ ਵੀ ਨਾ, ਬੈਣੀ ਸਾਈਡ ਦਾ, ਬੈਣੀ ਸਾਈਡ ਦਾ ਪਿਛਲਾ ਥਣ, ਬੈਣੀ ਸਾਈਡ ਦਾ ਪਿਛਲਾ ਥਣ, ਠੀਕ ਹੋ ਗਿਆ। ਚੁਆਈ ਚੁਆਈ ਜਨਾਬ ਤੁਸੀਂ ਚੈੱਕ ਕਰ ਲਈ, 16 ਨੇ ਚੁਆਈ, ਕੋਈ ਛੱਟਾ ਨਹੀਂ, ਕੋਈ ਫੁਹਾਰ ਨਹੀਂ, ਚੁਆਈ ਜਨਾਬ ਤੁਸੀਂ ਚੈੱਕ ਕਰਨੀ ਹੈ। ਅੱਗੇ ਬਾਨ ਤੁਹਾਨੂੰ ਜਨਾਬ ਮਾਈ ਦੇ ਥਾਣ ਚੈੱਕ ਕਰਵਾ ਦਈਏ। ਚਲੋ ਜੀ, ਇਹ ਜਨਾਬ ਮਾਈ ਦਾ ਤੁਸੀਂ ਪਸਮਾ ਚੈੱਕ ਕਰ ਲੈਣਾ, ਮਾਸ਼ਾਅੱਲਾ 16 ਨੇ ਪਸਮਾ, ਤਸੱਲੀਆਂ ਕਰ ਰਹੀਆਂ। ਚੱਲ ਜੀ, ਤਾਰ ਮਾਰੇ ਇੱਕ, ਓਕੇ ਹੋ ਗਿਆ ਜੀ, ਠੀਕ ਹੈ, ਬੱਚਾ ਫੜੇ, ਓਕੇ ਓਕੇ ਠੀਕ ਹੈ, ਬਾਕੀ ਤਾਰਾ ਮਾਰ, ਬੱਚੀ ਵੀ ਛੁੱਟ ਗਈ ਤੈਨੂੰ ਬੰਨੋ, ਅਗਲੇ ਪਰਲੇ ਥਾਂ ਅੱਜ ਨਹੀਂ ਜੀ। ਲਓ ਜਨਾਬ 16 ਨੇ ਚੁਆਈ, ਤਸੱਲੀਆਂ ਕਰ ਲੈਣੀਆਂ, ਲੈਣੇ ਦੇਣੇ ਜਨਾਬ ਨਸੀਬ ਹੋਣਗੇ। ਸਾਡਾ ਕੰਮ ਜਨਾਬ ਕਰਾਉਣ, ਤਸੱਲੀਆਂ ਇਹ ਜਨਾਬ ਵੇਖ ਲੈਣਾ, ਬਿਲਕੁਲ ਸੀਲ ਸ਼ਰੀਫ ਜਾਨਵਰ ਹੈ ਵੀ, ਐਂ ਬਿਲਕੁਲ ਪਤਾ ਹੀ ਨਹੀਂ ਜਾਨਵਰ ਨੂੰ ਖੋਤਾ, ਭਾਵੇਂ ਜਨਾਬ ਬੱਚੇ ਥੱਲੇ ਬੈਠੇ ਰਹਿਣ। ਹੁਣ ਜਨਾਬ ਤੁਸੀਂ ਤਸੱਲੀ ਨਾਲ ਚੁਆਈ ਵੇਖਣੀ ਹੈ, ਬਾਕੀ ਜਨਾਬ ਲੈਣ ਦੇਣ ਨਸੀਬ ਹੋਣਗੇ। ਐਂਡ ਤਾਂ ਜਨਾਬ ਡਿਟੇਲ ਆਪਾਂ ਮਾਲਕ ਤੋਂ ਲਵਾਂਗੇ। ਸਾਡਾ ਕੰਮ ਜਨਾਬ ਕਰਾਉਣਾ, ਤਸੱਲੀਆਂ ਹਰ ਤਰ੍ਹਾਂ ਦੇ ਜਨਾਬ, ਮੱਝ ਤਾਂ ਜਨਾਬ ਗਾਂ ਦੀ ਚੁਆਈ ਦੀ ਅੱਜ ਵੀਡੀਓ ਲਾ ਰਹੇ ਹਾਂ। ਇੱਕ ਜਿਹੜੀ ਤੀਸਰੇ ਨੰਬਰ ਵਾਲੀ ਗਾਂ ਹੈ ਉਹਦੀ ਜਨਾਬ ਵੈਸੇ ਸਿੰਪਲ ਵੀਡੀਓ ਲਾਉਂਦੇ ਪਏ ਹਾਂ। ਅੱਜ ਜਨਾਬ ਜਿਹੜਾ ਰੇਟ ਕਰਾਂਗੇ, ਇੰਤਹਾਈ ਮਾਕੂਲ ਅਤੇ ਜੈ ਅਤੇ ਮੁਹੱਬਤਾਂ ਵਾਲੇ ਕਰਾਂਗੇ ਇਨਸ਼ਾਅੱਲਾ। ਬੜੇ ਵੀਰ ਦੋਸਤਾਂ ਦੇ ਜੀ ਸਾਜਿਦ ਬਾਈ, ਕੋਈ ਮੱਝ ਹੋਵੇ ਤਾਂ ਲਾਜ਼ਮੀ ਲੈ ਕੇ ਆਇਆ ਕਰੋ। ਅੱਜ ਜਨਾਬ ਵੀਰਾਂ ਦੀ ਫਰਮਾਇਸ਼ ਪੂਰੀ ਕੀਤੀ ਹੈ ਅਤੇ ਮੱਝ ਲੈ ਕੇ ਆਏ ਹਾਂ। ਅਸੀਂ ਆ ਰਹੀ ਜਨਾਬ, ਲੰਮੀਆਂ ਚੌੜੀਆਂ ਤਰੀਫਾਂ ਤਾਂ ਨਹੀਂ ਆ ਰਹੀਆਂ ਮਾਈ ਦੀਆਂ, ਬਾਕੀ ਅੱਖਾਂ ਅਤੇ ਜਨਾਬ ਜ਼ਿਹਨ ਰੱਖਣਾ, ਜਨਾਬ ਜਿਹੜੇ ਮੱਝਾਂ ਨੂੰ ਜਾਣਦੇ ਨੇ ਉਹਨਾਂ ਨੂੰ ਅੰਦਾਜ਼ਾ ਹੋ ਗਿਆ ਉਹਨਾਂ ਵੀ ਕਿਹੜੀ ਨਸਲ ਦੀ ਮੱਝ
ਬਾਕੀ ਜਨਾਬ ਜਿਹੜੀ ਦੁੱਧ ਦੀ ਡਿਟੇਲ ਉਹ ਮੇਰੇ ਵੀਰਾਂ ਦੇ ਸਾਹਮਣੇ ਆ ਜਾਣੀ ਆ। ਖਿੱਚ ਦਿਓ ਖਿੱਚ ਦਿਓ ਖਿੱਚ ਦਿਓ। ਬੜੇ ਸੀਲ ਸ਼ਰੀਫ ਜਾਨਵਰ ਨੇ ਜਨਾਬ, ਜਿੱਥੇ ਪੈਰ ਰੱਖਿਆ ਉੱਥੇ ਖੜ੍ਹੇ ਨੇ। ਲਓ ਜਨਾਬ, ਚੋਈ ਜਾਨਵਰ ਨੰਬਰ ਇੱਕ ਦੀ ਹੋ ਗਈ ਮੁਕੰਮਲ। ਜਾਨਵਰ ਨੰਬਰ ਇੱਕ ਦੀ ਚੋਈ ਮੁਕੰਮਲ ਹੋ ਗਈ ਜੀ। ਪਿੱਛੇ ਇਹਦੇ ਬੱਚਾ, ਕੀ ਹਾਲ ਨੇ ਜਨਾਬ, ਠੀਕ ਹੋ? ਸਾਰੇ ਮੇਰੇ ਭਤੀਏ ਨੇ ਇੱਕੇ ਕੰਮ ਨੂੰ ਜੁੜੇ ਹਨ। ਠੰਡਾ ਕਰ ਲਾ ਵੀ ਠੰਡਾ। ਲਓ ਜਨਾਬ, ਚਿੱਟਾ ਸਫੈਦ ਦੁੱਧ। ਠੀਕ ਹੋ ਗਿਆ? ਠੀਕ ਹੈ ਜੀ, ਓਕੇ ਸਰ। ਇੱਕ, ਦੋ, ਤਿੰਨ, ਚਾਰ, ਪੰਜ, ਛੇ, ਸੱਤ, ਸਾਢੇ ਸੱਤ। ਸਾਢੇ ਸੱਤ ਹੀ ਕੌਣ ਕਰਨਾ? ਨਹੀਂ ਕੋਈ ਨਹੀਂ, ਬਸ ਠੀਕ ਹੈ। ਸਾਢੇ ਸੱਤ ਲੀਟਰ ਜਨਾਬ ਦੁੱਧ ਹੋਇਆ ਜੀ ਜਾਨਵਰ ਨੰਬਰ ਇੱਕ ਦਾ। ਬੱਚੇ ਨੇ ਦੁੱਧ ਛੱਡਿਆ ਹੋਇਆ। ਜਾਨਵਰ ਨੰਬਰ ਦੋ ਜਨਾਬ ਚੁਆਈ ਜਾ ਰਹੀ ਹੈ। ਕਿੰਨੀ ਕੁ ਰਹਿ ਗਈ? ਜਲਦੀ ਕਰ ਜਲਦੀ ਕਰ, ਮਿੰਟ ਲਾ, ਮਸਤ ਆ ਜਾ, ਮੋਬਾਈਲ ਹੋਲਡ ਕਰ ਆਪਦਾ। ਖਿੱਚਦੇ 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 ਯਾਰ, ਖਿੱਚਦੇ ਜਲਦੀ ਕਰ। ਲੈ ਲਿਆ, ਕਿੱਥੇ ਰੱਖ ਲਾ? ਜਾਨਵਰ ਨੰਬਰ ਦੋ ਦੀ ਜਨਾਬ ਚੁਆਈ ਹੋ ਗਈ ਮੁਕੰਮਲ। ਇੱਕ, ਦੋ, ਤਿੰਨ, ਚਾਰ, ਪੰਜ, ਛੇ, ਸੱਤ,
ਪੌਣੇ 8 ਲੀਟਰ ਕਰ ਲਓ, ਠੀਕ ਹੈ, ਪੌਣੇ 8 ਲੀਟਰ ਜਨਾਬ ਮੱਝ ਦਾ ਦੁੱਧ ਹੋਇਆ ਜੀ, ਕਿਉਂਕਿ ਮੁਕੰਮਲ ਬਾਕੀ ਆਪਾਂ ਡਿਟੇਲ ਲੈਣੇ ਮਾਲਕ ਤੋਂ। ਅਸਲਾਮ ਵਾਲੇਕਮ ਜੀ, ਕੀ ਹਾਲ ਜੀ, ਠੀਕ ਹੋ? ਅੱਛਾ, ਜਾਨਵਰ ਨੰਬਰ 1 7.5 ਲੀਟਰ ਦੁੱਧ ਹੋਇਆ ਜਾਂਦਾ। ਅੱਛਾ, ਕਿੰਨੇ ਦਿਨਾਂ ਦੀ ਸੂਈ, ਇੱਕ ਦਿਨ ਦੀ, ਦੋ ਦਿਨਾਂ ਦੀ, ਤਿੰਨ ਦਿਨਾਂ ਦੀ? ਪਿੱਛੇ ਦਿਨ ਸੂਈ, ਪਿੱਛੇ ਬੱਚਾ, ਕਿੰਨੇ ਦੁੱਧ ਦੀ ਆਪਣੀ ਗਰੰਟੀ ਹੈ? ਆਪਣੀ 13-14 12 ਕਿ 13 ਕਿ 14 ਕਿ ਗੱਲ ਕਰ, 13 ਦੀ ਕਿ 14 ਦੀ, ਭਾਵੇਂ ਕੋਈ ਜਿੰਨੇ ਦਿਨ ਮਰਜ਼ੀ ਲੈ ਕੇ ਚੋਵੇ, ਜਿੰਨੇ ਦਿਨ ਚੁਆਵਾਂਗੇ ਆਪਾਂ, ਮੋਹ ਦਾ 10 ਜਿਹੜਾ ਦਾ ਲੈਣਾ 2.75। ਅੱਛਾ, 2.75 ਤੁਸੀਂ ਲਾੜ ਪਿਆਰ ਹੋਵੇਗਾ ਮੌਕੇ ਤੇ ਯਾਰ, ਉਹ ਕੋਈ ਸਾਡਾ ਭਰਾ ਹੁੰਦਾ ਮੌਕੇ ਤੇ ਕਾਟ ਲਾ, ਉਨੀ ਵੀ ਹੋ ਜਾਏਗਾ। ਜਾਨਵਰ ਨੰਬਰ 2 ਪੌਣੇ 8 ਲੀਟਰ ਦੁੱਧ, ਕਿੰਨੇ ਦੁੱਧ ਦੀ ਆਪਣੀ ਗਰੰਟੀ ਹੈ ਮੱਝ ਦੀ? ਇਹਦੀ ਵੀ 14 ਦੀ, ਪੱਕਾ 14? ਪੱਕਾ। ਪਿੱਛੇ ਕੱਟਾਂ, ਪਿੱਛੇ ਕੱਟ, ਕਿੰਨੇ ਦਿਨਾਂ ਦੀ ਸੂਈ ਹੈ? ਇਹ ਵੀ ਭਾਈ 30 ਲੱਖ ਦੇ ਜਾਂਦੇ ਸੀ, ਤੀਸਰੇ ਦਿਨ ਮੁੱਲ ਦੱਸ ਦਿੰਦਾ ਜਾਇਜ਼ ਜਿਹਾ, ਇਹਦਾ ਮੁੱਲ ਪਾਈ ਜਾਣ 3 ਲੱਖ 3 ਲੱਖ 3 ਲੱਖ 20 ਚ ਗੁੰਜਾਇਸ਼, ਕੋਈ ਆ ਜਾਂਦਾ ਸਾਡਾ ਭਰਾ ਕਾਟ ਲਾ, ਉਨੀ ਵੀ ਹੋ ਜਾਏਗਾ। ਜਾਨਵਰ ਨੰਬਰ 3 ਕਿੰਨੇ ਦਿਨਾਂ ਦੀ ਸੂਈ ਹੈ? ਇਹ ਭਾਈ ਉਹਨੂੰ ਹੋਇਆ ਦੇ ਪਿੱਛੇ ਬੱਚੀ, ਸੁਬਾ ਲੋਕੇਸ਼ਨ ਜਨਾਬ ਚੱਕ ਨੰਬਰ 33 ਵੀ ਤਹਿਸੀਲ ਜ਼ਿਲ੍ਹਾ ਪਾਕਪੁਰ ਸ਼੍ਰੀ, ਸਾਡਾ ਰਾਬਤਾ ਨੰਬਰ ਨੋਟ ਕਰੋ 0345-109-9392। 2,75,000 ਦਾ ਜਾਨਵਰ ਨੰਬਰ 1 ਦਾ, 3,20,000 ਦਾ ਜਾਨਵਰ ਨੰਬਰ 2 ਦਾ, 3 ਲੱਖ ਕਿੰਨਾ ਦੱਸਿਆ ਹੁੰਦਾ ਜਾਨਵਰ ਨੰਬਰ 3 ਦੇ 3.5 ਲੱਖ ਜਾਨਵਰ ਨੰਬਰ 3 ਤੋਂ ਪਿੱਛੇ ਬੱਚੀ। ਕੱਲ੍ਹ ਜਨਾਬ ਇੱਕ ਨਵੀਂ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਵਾਂਗੇ, ਉਦੋਂ ਤੱਕ ਆਪਣੇ ਮਿਹਰਬਾਨ ਸਾਜੇ ਵਿੰਗ ਤੋਂ ਜਾਤ ਜਨਾਬ ਦਾ ਰੱਖਾ।